मैं हरविंदर कौर, असिस्टेंट प्रोफेसर, पंजाबी विभाग, GGD SD कॉलेज हरियाणा, जिला होशियारपुर, अज तुहाडे नाल नीवे पहाड़ां दे पर्वत सुहाग बारे गल करांगी। इस सुहाग नूं पंजाब स्कूल सिक्ख्या बोर्ड वलों 11वीं जमात दी लाजमी पंजाबी दे सिलेबस विच शामिल किया गया है। सुहाग है, नीवे पहाड़ां दे पर्वत होर नीवियां ना कोई, नीवियां लाडो दा बाबल, जिने बेटी ब्याही, तू क्यों रोया बाबल जी, जग हुंदड़ी आई, मोरां दियां पैलां देख के बाबल शम शम रोया, तू क्यों रोया वे बाबल, जग हुंदड़ी आई। इस सुहाग भाव गीत विच दस्या गया है कि धी नूं तोरन समय बाबल ते चाचिया ताया नूं निभना पैंदा है। इन्हां सत्रां विच धी नूं तोरन समय बाबल दे निभण ते रोण दा जिक्र है। जदों बाबल ने अपनी धी नूं व्याह के बेगानियां नाल तोर दिता तदों होर तां कोई ना निव्या, पर उस नूं निवणा पिया। उस नूं प्रतीत होया जिवें पहाड़ां दियां चोटियां निव गईयां होण। हे बाबल, तू धी नूं तोर के क्यों रोया है? धियां नूं बाबल दा अपने हत्थी तोरना तां दुनिया दा पुराना दस्तूर है। ਇਹ ਗੱਲ ਧੁਰੋਂ ਹੀ ਹੁੰਦੀ ਆਈ ਹੈ। ਮੋਹਰਾਂ ਨੂੰ ਪਹਿਲਾਂ ਪਾਉਂਦੇ ਅਰਥਾਤ ਸਹੁਰੇ ਪਰਿਵਾਰ ਨੂੰ ਖੁਸ਼ੀਆਂ ਮਨਾਉਂਦੇ ਦੇਖ ਕੇ ਬਾਬਲ ਅਥਰੂ ਕੇਰ ਕੇਰ ਕੇ ਰੋਇਆ ਹੈ। ਹੇ ਬਾਬਲ, ਤੂੰ ਕਿਉਂ ਰੋਇਆ ਹੈ? ਧੀਆਂ ਨੂੰ ਤੋਰਨ ਦਾ ਕੰਮ ਤਾਂ ਦੁਨੀਆ ਉੱਪਰ ਪੁਰਾਣੇ ਸਮੇਂ ਤੋਂ ਹੁੰਦਾ ਆਇਆ ਹੈ। ਨੈਕਸਟ ਹੈ, ਨੀਵੇ ਪਹਾੜਾਂ ਦੇ ਪਰਬਤ ਹੋਰ ਨਿਵਿਆਂ ਨਾ ਕੋਈ, ਨਿਵਿਆਂ ਲਾਡੋ ਦਾ ਤਾਇਆ, ਜਿਹਨੇ ਬੇਟੀ ਵਿਆਹੀ, ਤੂੰ ਕਿਉਂ ਰੋਇਆ ਤਾਇਆ ਜੀ, ਜੱਗ ਹੁੰਦੜੀ ਆਈ, ਮੋਰਾਂ ਦੀਆਂ ਪੈਲਾਂ ਦੇਖ ਕੇ ਤਾਇਆ ਸ਼ਮ ਸ਼ਮ ਰੋਇਆ, ਤੂੰ ਕਿਉਂ ਰੋਇਆ ਵੇ ਤਾਇਆ, ਜੱਗ ਹੁੰਦੜੀ ਆਈ। ਨੀਵੇਂ ਪਹਾੜਾਂ ਦੇ ਪਰਬਤ ਹੋਰ ਨਿਵਿਆਂ ਨਾ ਕੋਈ, ਇਹਨਾਂ ਸਤਰਾਂ ਵਿੱਚ ਭਤੀਜੀ ਨੂੰ ਤੋਰਨ ਸਮੇਂ ਤਾਏ ਦੇ ਨਿਵਣ ਅਤੇ ਰੋਣ ਦਾ ਜ਼ਿਕਰ ਹੈ। ਜਦੋਂ ਤਾਏ ਨੇ ਆਪਣੀ ਭਤੀਜੀ ਨੂੰ ਵਿਆਹ ਕੇ ਬੇਗਾਨਿਆਂ ਨਾਲ ਤੋਰ ਦਿੱਤਾ ਤਾਂ ਇਸ ਸਮੇਂ ਹੋਰ ਤਾਂ ਕੋਈ ਨਾ ਨਿਵਿਆ, ਪਰ ਉਸ ਨੂੰ ਭਾਵ ਤਾਏ ਨੂੰ ਨਿਵਣਾ ਪਿਆ। ਉਸ ਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਪਹਾੜਾਂ ਦੀਆਂ ਚੋਟੀਆਂ ਨਿਭ ਗਈਆਂ ਹੋਣ। ਹੇ ਤਾਇਆ ਜੀ, ਤੂੰ ਕਿਉਂ ਰੋਇਆ ਹੈ? ਭਤੀਜੀ ਨੂੰ ਤਾਏ ਦਾ ਆਪਣੇ ਹੱਥੀਂ ਤੋਰਨਾ ਤਾਂ ਦੁਨੀਆ ਦਾ ਪੁਰਾਣਾ ਦਸਤੂਰ ਹੈ। ਇਹ ਗੱਲ ਧੁਰੋਂ ਹੀ ਹੁੰਦੀ ਆਈ ਹੈ। ਮੋਹਰਾਂ ਨੂੰ ਪਹਿਲਾਂ ਪਾਉਂਦੇ ਅਰਥਾਤ ਸਹੁਰੇ ਪਰਿਵਾਰ ਨੂੰ ਦੇਖ ਕੇ ਮੇਰਾ ਤਾਇਆ ਅਥਰੂ ਕੇਰ ਕੇਰ ਕੇ ਬੁਰੀ ਤਰ੍ਹਾਂ ਰੋਇਆ ਹੈ। ਹੇ ਤਾਇਆ ਜੀ, ਤੂੰ ਕਿਉਂ ਰੋਇਆ ਹੈ? ਭਤੀਜੀਆਂ ਨੂੰ ਤੋਰਨ ਦਾ ਕੰਮ ਤਾਂ ਪੁਰਾਣੇ ਸਮੇਂ ਤੋਂ ਹੁੰਦਾ ਆਇਆ ਹੈ। ਅੱਜ ਹੋਰ ਕੋਈ ਨਹੀਂ ਨਿਵਿਆ, ਪਹਾੜ ਦੀ ਚੋਟੀ ਵਾਂਗ ਉੱਚੇ ਸਿਰ ਵਾਲਾ ਤਾਇਆ ਨਿਭ ਗਿਆ ਹੈ। ਧੰਨਵਾਦ।